ਜੋ ਅੱਗੇ ਗੱਲ ਕਰ ਲੈਂਦੇ ਹਾਂ ਅਹਿਮ ਖਬਰ ਦੀ। ਪੰਜਾਬੀ ਗਾਇਕ ਅਤੇ ਮਸ਼ਹੂਰ ਅਦਾਕਾਰ ਗੁਰਦਾਸ ਮਾਨ ਹੁਣ ਆਮ ਜਨਤਾ ਨੂੰ ਸਿਖਾਉਣਗੇ ਜਮਹੂਰੀ ਹੱਕ ਦੀ ਵਰਤੋਂ ਕਰਨਾ। ਜੀ ਹਾਂ, ਚੋਣ ਕਮਿਸ਼ਨ ਵੱਲੋਂ ਗੁਰਦਾਸ ਮਾਨ ਨੂੰ ਸਟੇਟ ਆਈਕਨ ਬਣਾਇਆ ਗਿਆ। ਮਾਨ ਹੁਣ ਲੋਕਤੰਤਰ ਵਿੱਚ ਭਾਗ ਲੈਣ ਸੰਬੰਧੀ ਜਨਤਾ ਨੂੰ, ਖਾਸ ਕਰ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਨਜ਼ਰ ਆਉਣਗੇ ਅਤੇ ਵੋਟ ਬਣਾਉਣ, ਵੋਟ ਦਾ ਬਿਨਾਂ ਕਿਸੇ ਲਾਲਚ ਅਤੇ ਡਰ ਦੇ ਇਸਤੇਮਾਲ ਕਿਵੇਂ ਹੋ ਸਕਦਾ ਉਸ ਸੰਬੰਧੀ ਜਾਣਕਾਰੀ ਦੇਣਗੇ। ਗੁਰਦਾਸ ਮਾਨ ਦੀ ਸਹਿਮਤੀ ਤੋਂ ਬਾਅਦ ਹੀ ਉਹਨਾਂ ਨੂੰ ਚੋਣ ਕਮਿਸ਼ਨ ਨੇ ਇਹ ਵਾਗਡੋਰ ਸੌਂਪੀ ਹੈ। ਫਿਲਹਾਲ ਗੁਰਦਾਸ ਮਾਨ ਲੋਕਾਂ ਦੇ ਵਿੱਚ ਕਾਫ਼ੀ ਹਰਮਨ ਪਿਆਰੇ ਵੀ ਨੇ ਅਤੇ ਪੰਜਾਬੀ ਲੋਕ ਗੁਰਦਾਸ ਮਾਨ ਦੀ ਕਹੀ ਗੱਲ ਨੂੰ ਅਹਿਮੀਅਤ ਵੀ ਦਿੰਦੇ ਨੇ। ਸੋ ਗੁਰਦਾਸ ਮਾਨ ਦਾ ਪੰਜਾਬੀ ਲੋਕਾਂ ਨੂੰ ਸਟੇਟ ਆਈਕਨ ਬਣ ਕੇ ਜਮਹੂਰੀ ਹੱਕ ਦੀ ਵਰਤੋਂ ਕਰਾਉਣਾ ਸਿਖਾਉਣਾ ਕਾਫ਼ੀ ਮਾਣ ਵਾਲੀ ਗੱਲ ਹੈ। ਜੋ ਸਟੇਟ ਆਈਕਨ ਬਣਨਾ ਕਿੰਨੀ ਕੁ ਮਾਣ ਵਾਲੀ ਗੱਲ ਹੁੰਦੀ ਹੈ, ਇਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਲਈ ਜੁੜ ਚੁੱਕੇ ਨੇ ਪਹਿਲੇ ਸਟੇਟ ਆਈਕਨ ਰਹਿ ਚੁੱਕੇ ਗੁਰਪ੍ਰੀਤ ਘੁੱਗੇ ਜੀ। ਗੁਰਪ੍ਰੀਤ ਘੁੱਗੇ ਜੀ, ਪਹਿਲਾਂ ਤਾਂ ਗੁਰਦਾਸ ਮਾਨ ਦਾ ਸਟੇਟ ਆਈਕਨ ਲਈ ਚੁਣੇ ਜਾਣਾ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਬੜੀ ਪੋਜ਼ਿਟਿਵ ਫੀਲਿੰਗ ਆਈ ਹੈ ਮੈਨੂੰ ਜਦੋਂ ਇਮੇਜ ਨਿਊਜ਼ ਪੜ੍ਹੀ ਹੈ ਜੀ, ਕਿਉਂਕਿ ਹੀ ਇਜ਼ ਦਾ ਰਾਈਟ ਪਰਸਨ ਫਾਰ ਦਿਸ ਕਾਈਂਡ ਆਫ ਰਿਸਪੋਨਸਿਬਿਲਿਟੀ ਜੀ। ਤੇ ਮਾਨ ਸਾਹਿਬ ਸਾਰਿਆਂ ਦੇ ਫੇਵਰਿਟ ਨੇ, ਸਾਰੇ ਪੰਜਾਬੀਆਂ ਦੇ, ਔਰ ਬੜੇ ਸਾਰਿਆਂ ਨੂੰ ਆਪਣੇ ਲੱਗਦੇ ਨੇ, ਕਰਦੇ ਜੀ ਲੱਗਦੇ ਨੇ, ਔਰ ਬੜੀ ਰਿਸਪੈਕਟ ਹੈ ਉਹਨਾਂ ਦੀ ਪੂਰੇ ਪੰਜਾਬ 'ਚ ਔਰ ਪੰਜਾਬੀਆਂ ਦੇ ਵਿੱਚ, ਬਲਕਿ ਹਿੰਦੁਸਤਾਨ 'ਚ। ਤੋ ਹੀ ਇਜ਼ ਦਾ ਐਪਰੋਪ੍ਰੀਏਟ ਚੋਇਸ ਐਂਡ ਵੈਰੀ ਰਾਈਟ ਪਰਸਨ ਫਾਰ ਦਿਸ ਰਿਸਪੋਨਸਿਬਿਲਿਟੀ ਜੀ। ਬਿਲਕੁਲ ਗੁਰਪ੍ਰੀਤ ਜੀ, ਚੋਣਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਲੋਕਤੰਤਰ ਵਿੱਚ, ਤੁਸੀਂ ਵੀ ਸਟੇਟ ਆਈਕਨ ਰਹਿ ਚੁੱਕੇ ਹੋ, ਕਿਸ ਤਰ੍ਹਾਂ ਦਾ ਤਜਰਬਾ ਰਿਹਾ ਤੁਹਾਡਾ, ਤੁਹਾਡੀ ਅਪੀਲ ਦਾ ਕਿੰਨਾ ਕੁ ਅਸਰ ਹੁੰਦਾ ਸੀ ਲੋਕਾਂ ਤੇ? ਬਹੁਤ ਅਸਰ ਹੁੰਦਾ ਸੀ ਜੀ, ਕਿਉਂਕਿ ਸਪੈਸ਼ਲੀ ਜਦੋਂ ਮੈਂ ਜਾਂਦਾ ਸੀ, ਮੈਂ ਕਾਲਜਿਸ ਵਿੱਚ ਜਾ ਕੇ, ਯੂਨੀਵਰਸਿਟੀਜ਼ 'ਚ ਜਾ ਕੇ ਬੜਾ ਇੰਟਰੈਕਟ ਕੀਤਾ ਲੋਕਾਂ ਨਾਲ, ਪਿੰਡਾਂ ਥਾਵਾਂ 'ਤੇ ਜਾ ਕੇ ਵੀ ਇੰਟਰੈਕਟ ਕੀਤਾ, ਔਰ ਮੈਂ ਆਪਣੇ ਵੀਡੀਓ ਆਡੀਓ ਟੈਲੀਵਿਜ਼ਨ 'ਤੇ ਚੱਲਣ ਵਾਸਤੇ ਸਾਰੇ ਬਣਾਉਂਦਾ ਸੀ, ਜਿੱਦਾਂ ਜਿੱਦਾਂ ਮੈਨੂੰ ਇੰਸਟਰਕਸ਼ਨਸ ਆਉਂਦੀਆਂ ਸੀ ਇਲੈਕਸ਼ਨ ਡਿਪਾਰਟਮੈਂਟ ਵੱਲੋਂ, ਔਰ ਉਹ ਲੋਕਾਂ ਨੂੰ ਜ਼ਰੂਰ ਮੋਟੀਵੇਟ ਕਰਦੀਆਂ ਨੇ। ਔਰ ਤੁਸੀਂ ਦੇਖੋ ਕਿ ਯੂਥ ਦਾ ਪਾਰਟੀਸਪੇਸ਼ਨ ਕਿੰਨਾ ਵਧਿਆ ਹੈ। ਬਿਲਕੁਲ, ਉਹ ਇਸ ਕਰਕੇ ਹੈ ਕਿ ਜਦੋਂ ਉਹਨਾਂ ਦੇ ਮਨਪਸੰਦ ਲੋਕ ਅਗਰ ਇਸ ਰਿਸਪੋਨਸੀਬਿਲਿਟੀ ਨੂੰ ਚੱਕਦੇ ਨੇ ਔਰ ਲੋਕਾਂ ਨੂੰ, ਬੱਚਿਆਂ ਨੂੰ ਪ੍ਰਮੋਟ ਕਰਦੇ ਨੇ, ਤਾਂ ਯੂਥ ਦਾ ਬੜਾ ਇਹਦੇ ਵਿੱਚ ਇੰਟਰਸਟ ਬਣਿਆ ਸੀ, ਔਰ ਮਾਨ ਸਾਹਿਬ ਦੇ ਆਉਣ ਨਾਲ ਹੋਰ ਜ਼ਿਆਦਾ ਬਣੇਗਾ ਜੀ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ, ਐਕਸੈਪਟ ਕੀਤੀ ਹੈ ਜੀ, ਔਰ ਕਿਉਂਕਿ ਮੈਂ 3.5 ਸਾਲ ਇਹ ਜ਼ਿੰਮੇਵਾਰੀ ਨਿਭਾਈ ਹੈ, ਇਹ ਤੋਂ ਬਾਅਦ ਦੇ ਵਿੱਚ ਜਦੋਂ ਮੈਨੂੰ ਖੁਦ ਪੋਲਿਟਿਕਸ ਵਿੱਚ ਜਾਣਾ ਮੈਨੂੰ ਲੱਗਾ ਕਿ ਹੁਣ ਇਸ ਵੇਲੇ ਰਾਈਟ ਟਾਈਮ ਹੈ, ਤਾਂ ਮੈਂ ਇਨਵੋਲਵ ਹੋ ਗਿਆ, ਵਰਨਾ ਮੈਂ ਇਸ ਸੇਵਾ ਨੂੰ ਅਜੇ ਹੋਰ ਲੰਬਾ ਕਰਨਾ ਚਾਹੁੰਦਾ ਸੀ ਜੀ। ਗੁਰਪ੍ਰੀਤ ਜੀ, ਤੁਸੀਂ ਗੁਰਦਾਸ ਮਾਨ ਲਈ ਕੀ ਸ਼ਬਦ ਕਹਿਣਾ ਚਾਹੋਗੇ? ਗੁਰਦਾਸ ਮਾਨ ਸਾਹਿਬ, ਮੈਂ ਕਹਿੰਦਾ ਜੀ, ਅਗਰ ਪੰਜਾਬ ਦੇ ਅਸੀਂ ਕਲਾਤਮਕ ਪੱਖ ਨੂੰ ਅਗਰ ਸ਼ੀਸ਼ੇ ਦੇ ਵਿੱਚ ਸਾਹਮਣੇ ਖੜਾ ਦਈਏ, ਇੱਧਰੋਂ ਪੰਜਾਬ ਦੀ ਕਲਾ ਤੇ ਕਲਾਤਮਕ ਪੱਖ ਖੜਾ ਹੋਏਗਾ, ਤੇ ਸ਼ੀਸ਼ੇ ਵਿੱਚ ਗੁਰਦਾਸ ਮਾਨ ਸਾਹਿਬ ਦਿਸਣਗੇ, ਉਹ ਰਿਫਲੈਕਸ਼ਨ ਨੇ ਸਾਡੇ ਪੰਜਾਬ ਦੇ ਕਲਚਰ ਦੀ ਔਰ ਪੰਜਾਬ ਦੇ ਸੱਭਿਆਚਾਰ ਦੀ ਇੱਕੋ ਤਸਵੀਰ ਅਗਰ ਛਾਪਣੀ ਹੋਵੇ ਤੇ ਗੁਰਦਾਸ ਮਾਨ ਸਾਹਿਬ ਨੇ ਜੀ। ਬਿਲਕੁਲ ਗੁਰਪ੍ਰੀਤ ਜੀ, ਇਸ ਮੌਕੇ ਪੰਜਾਬ ਦੇ ਲੋਕਾਂ ਲਈ ਮੈਸੇਜ, ਕਿਉਂਕਿ ਇਸ ਵੇਲੇ ਕੈਂਪੇਨ ਦੇ ਵਿੱਚ ਜੋ ਨਜ਼ਰ ਆਣਗੇ ਉਹਨੇ ਗੁਰਦਾਸ ਮਾਨ, ਲੋਕਾਂ ਲਈ ਮੈਸੇਜ? ਲੋਕਾਂ ਲਈ ਮੈਸੇਜ ਇਹੀ ਹੈ ਜੀ ਕਿ ਜਦੋਂ ਇੱਕ ਬੜੀ ਔਖੀ ਪ੍ਰਕਿਰਿਆ ਹੁੰਦੀ ਹੈ ਇੱਕ ਸਟੇਟ ਆਈਕਨ ਚੁਣਨਾ ਇਲੈਕਸ਼ਨ ਕਮਿਸ਼ਨ ਵਾਸਤੇ, ਅਨਬਾਇਸਡ ਆਦਮੀ ਔਰ ਬੜਾ ਕਲੀਅਰ ਆਦਮੀ, ਅੱਛੀ ਇਮੇਜ ਵਾਲਾ ਇੱਕ ਸ਼ਖਸ ਲੱਭਣਾ ਜੀ, ਚਾਹੇ ਮਤਲਬ ਮੇਲ ਫੀਮੇਲ ਕੋਈ ਵੀ ਹੋ ਸਕਦਾ, ਪਰਸਨੈਲਿਟੀ ਦੀ ਗੱਲ ਕਰ ਰਿਹਾ ਮੈਂ, ਤੇ ਉਹ ਬੜੀ ਵੱਡੀ ਪ੍ਰਕਿਰਿਆ ਚੋਂ ਲੰਘ ਕੇ ਉਹਨਾਂ ਨੂੰ ਚੁਣਿਆ ਜਾਂਦਾ, ਤੇ ਮੈਨੂੰ ਮਾਣ ਹੈ ਕਿ ਮਾਨ ਸਾਹਿਬ ਨੂੰ ਚੁਣਿਆ ਗਿਆ, ਔਰ ਮੈਂ ਲੋਕਾਂ ਨੂੰ ਇਹ ਕਹਾਂਗਾ ਕਿ ਤੁਸੀਂ ਜ਼ਰੂਰ ਉਹਨਾਂ ਦਾ ਸਾਥ ਦਿਓ। ਮਾਨ ਸਾਹਿਬ ਜਦੋਂ ਇਲੈਕਸ਼ਨ ਨੂੰ ਪ੍ਰਮੋਟ ਕਰਦੇ ਨੇ, ਉਮੀਦਵਾਰ ਤੁਹਾਡੀ ਆਪਣੀ ਮਰਜ਼ੀ ਦਾ ਹੋਣਾ ਚਾਹੀਦਾ, ਜਿਹਨੂੰ ਤੁਸੀਂ ਸੋਚੋ ਕਿ ਦੇਸ਼ ਦਾ ਭਲਾ ਕਰ ਸਕਦਾ, ਤੁਹਾਡੇ ਸਮਾਜ ਦਾ ਭਲਾ ਕਰ ਸਕਦਾ। ਇਹਨਾਂ ਦਿਨਾਂ ਦੇ ਵਿੱਚ ਬੜੇ ਖਰੀਦਣ ਵਾਲੇ ਉਮੀਦਵਾਰ ਵੀ ਆਉਂਦੇ ਨੇ ਜੋ ਤੁਹਾਨੂੰ ਤੁਹਾਡੀ ਕੁਛ ਹਜ਼ਾਰਾਂ ਦੇ ਵਿੱਚ ਕੀਮਤ ਲਾ ਕੇ ਖਰੀਦਣਾ ਚਾਹੁੰਦੇ ਨੇ, ਪਰ ਮੈਂ ਇੱਕ ਲਾਸਟ ਤੇ ਗੱਲ ਕਹਿੰਦਾ ਹੁੰਦਾ, ਮੈਂ ਆਪਣੇ ਭਾਸ਼ਣ ਵਿੱਚ ਉਦੋਂ ਵੀ ਕਹਿੰਦਾ ਰਿਹਾ ਜਦੋਂ ਮੈਂ ਸਟੇਟ ਆਈਕਨ ਸੀ, ਤੇ ਮੈਂ ਉਦੋਂ ਵੀ ਕਹਿੰਦਾ ਹੁੰਦਾ ਸੀ ਕਿ ਜਿਹੜੇ ਲੋਕ ਬਲੀਦਾਨ ਦੇ ਗਏ, ਆਪਣੀ ਬਲੀ ਦੇ ਗਏ ਦਾਨ ਵਿੱਚ, ਤੇ ਉਹਨਾਂ ਨੇ ਕੋਈ ਆਨਾਕਾਨੀ ਨਹੀਂ ਕੀਤੀ ਜਾਂ ਝੱਕੇ ਨਹੀਂ ਬਲੀਦਾਨ ਦੇਣ ਤੋਂ, ਅਸੀਂ ਮਤਦਾਨ ਦੇਣ ਲੱਗੇ ਵੀ ਕਈ ਵਾਰੀ ਡਰ ਜਾਂਦੇ ਵੀ ਛੱਡੋ ਬਰਾਂ ਕਿਹੜਾ ਲਾਈਨ 'ਚ ਲਾ ਜਾ ਕੇ ਲੱਗਾ ਰਹੇ। ਸੋ ਮਤਦਾਨ ਜ਼ਰੂਰ ਕਰੋ, ਤੁਹਾਡੀ ਇੱਕ ਇੱਕ ਵੋਟ ਜਿਹੜੀ ਹੈ ਉਹ ਦੇਸ਼ ਦਾ ਤੇ ਤੁਹਾਡੇ ਸਮਾਜ ਦਾ ਭਵਿੱਖ ਬਦਲਦੀ ਹੈ। ਮਾਨ ਸਾਹਿਬ ਦਾ ਧੰਨਵਾਦ ਕਿ ਉਹ ਇਸ ਰਿਸਪੋਨਸੀਬਿਲਿਟੀ ਤੇ ਆਏ ਨੇ, ਔਰ ਤੁਸੀਂ ਸਾਰੇ ਉਹਨਾਂ ਨੂੰ ਸਪੋਰਟ ਕਰੋ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਘੁੱਗੀ ਜੀ ਜਾਣਕਾਰੀ ਦੇਣ ਦੇ ਲਈ। ਸੋ ਪਹਿਲਾਂ ਰਹੇ ਸਟੇਟ ਆਈਕਨ ਗੁਰਪ੍ਰੀਤ ਘੁੱਗੀ ਜੀ ਜੁੜੇ ਹੋਏ ਸਨ, ਜਿਹਨਾਂ ਸਾਫ਼ ਤੌਰ 'ਤੇ ਮੈਸੇਜ ਦਿੱਤਾ ਪੰਜਾਬ ਦੇ ਲੋਕਾਂ ਲਈ। ਨਾਲ ਹੀ ਉਹਨਾਂ ਕਿਹਾ ਕਿ ਸਟੇਟ ਆਈਕਨ ਲਈ ਇਸ ਵਾਰ ਗੁਰਦਾਸ ਮਾਨ ਦਾ ਚਿਹਰਾ ਚੁਣਨਾ ਬਿਲਕੁਲ ਸਹੀ ਫੈਸਲਾ ਹੈ, ਅਤੇ ਇਸ ਤੋਂ ਵਧੀਆ ਚਿਹਰਾ ਇਸ ਕੰਮ ਲਈ ਹੋਰ ਕੋਈ ਨਹੀਂ ਹੋ ਸਕਦਾ ਸੀ।